ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਪਰੰਪਰਾ ਅਸੀਂ ਜਾਰੀ ਰੱਖਿਆ ਹੋਇਆ। ਅੱਜ ਸਵਾਲ ਇੱਥੇ ਮੈਂ ਪੁੱਛਿਆ ਸੀਗਾ ਕਿ ਕੀ ਮਜਬੂਰੀ ਹੋ ਜਾਂਦੀ ਹੈ ਸਿਆਸੀ ਲੋਕਾਂ ਦੀ ਜਦੋਂ ਸੱਤਾ ਦੇ ਵਿੱਚ ਹੁੰਦੇ ਹੈ ਤਾਂ ਕੁਝ ਹੋਰ ਗੱਲਾਂ, ਔਰ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਹਨ ਤਾਂ ਕੁਝ ਹੋਰ ਗੱਲਾਂ। ਕਿਉਂਕਿ ਅਸੀਂ ਇਗਜ਼ਾਮਪਲ ਦੇਖ ਸਕਦੇ ਹਾਂ, ਇਹ ਸਿੱਧਾ ਇਗਜ਼ਾਮਪਲ ਸਾਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਵੇਖਣ ਨੂੰ ਮਿਲਦਾ ਕਿ ਜਦ ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਵਿੱਚ ਉਹਨਾਂ ਨੇ ਆਉਣਾ ਸੀਗਾ ਤਾਂ ਉਹਨਾਂ ਨੇ ਜੋ ਆਰੋਪ ਲਗਾਏ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ, ਉਹਨੇ ਕਿਹਾ ਸੀਗਾ ਮੈਂ ਇਹਨਾਂ ਸਾਰੇ ਗੱਲਾਂ ਦੇ, ਸਾਰੇ ਮਸਲਿਆਂ ਦੇ ਉੱਤੇ ਇਨਵੈਸਟੀਗੇਟ ਕਰਾਂਗਾ, ਔਰ ਜੋ ਵੀ ਇਸ ਮੁਤਲਕ ਕਲਪਰੇਟ ਪਾਇਆ ਜਾਏਗਾ ਮੈਂ ਉਹਨੂੰ ਜੇਲ੍ਹ ਦੇ ਵਿੱਚ ਭੇਜਾਂਗਾ। ਲੇਕਿਨ ਕੀ ਹੁਣ ਇਹ ਗੱਲਾਂ ਸਾਹਮਣੇ ਨਜ਼ਰ ਆ ਰਹੀਆਂ ਹਨ, ਔਰ ਮੰਡੇ ਔਰ ਟਿਊਜ਼ਡੇ ਨੂੰ ਜਿਹੜਾ ਇਜਲਾਸ ਹੋਣਾ ਉਹ ਦੋ ਦਿਨ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲ ਸਕਦਾ, ਐਨਾਲਿਸਿਸ ਕਰਾਂਗੇ। ਸੈਗਮੈਂਟ ਲਾਸਟ ਸੈਗਮੈਂਟ ਹੈਗਾ ਸਾਡੇ ਪ੍ਰੋਗਰਾਮ ਦਾ, ਇਸ ਸੈਗਮੈਂਟ ਦੇ ਵਿੱਚ ਕੋਸ਼ਿਸ਼ ਕਰਾਂਗੇ ਜਾਣਨ ਦੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ। ਲੇਕਿਨ ਕਾਫੀ ਸਾਰੇ ਕਾਲਰਸ ਇਸ ਟਾਈਮ ਕਿਊ ਦੇ ਵਿੱਚ ਨੇ, ਉਹਨਾਂ ਦੇ ਵੀ ਪ੍ਰਤੀਕਰਮ ਆਪਾਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ, ਛੋਟੇ ਭਾਈ ਹਰਕੀਰਤ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ? ਹਾਂਜੀ ਬਿਲਕੁਲ ਜੀ, ਚੜ੍ਹਦੀ ਕਲਾ। ਮੈਂ ਦਰਸ਼ਕਾਂ ਨੂੰ ਦੱਸਦਾ ਵਾਂ ਮੱਖਣ ਸਿੰਘ ਜੀ ਦੇ ਬਾਰੇ ਪਹਿਲਾਂ, ਮੈਂ ਸਾਡੇ ਜਿਹੜੇ ਵੀ ਰੋਜ਼ਾਨਾ ਸਾਨੂੰ ਕਾਲ ਕਰਦੇ ਨੇ, ਮੱਖਣ ਸਿੰਘ ਜੀ ਉਹ ਕਾਲਰ ਨੇ ਕਿ ਜੋ ਕਿ ਸਾਡਾ ਮੁੱਦਾ ਵੇਖ ਕੇ ਆਪਣੀ ਕਲਮ ਨੂੰ ਚੱਕ ਲੈਂਦੇ ਹਨ, ਔਰ ਇੱਕ ਵਧੀਆ ਜੀ ਆਪਣੇ ਕਲਮ ਦੇ ਜ਼ਰੀਏ ਸਾਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ, ਔਰ ਇੱਕ ਸੁਨੇਹਾ ਉਹਨਾਂ ਪੈਰੋਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਜੀ। ਮੱਖਣ ਸਿੰਘ ਜੀ, ਹਾਂਜੀ ਦੇਖੋ, ਸਭ ਤੋਂ ਪਹਿਲਾਂ ਤਾਂ ਵਿੱਦਿਆ ਦੀ ਗੱਲ, ਜਿਸ ਕੌਮ ਨੇ ਵਿੱਦਿਆ, ਜਿੱਦਾਂ ਜਿਵੇਂ ਸਲੋਕ ਵਿੱਦਿਆ ਪੜ੍ਹ ਕੇ ਕਿਤੇ ਦੀ ਕਿਤੇ ਪਹੁੰਚ ਗਿਆ ਉਹ ਕੰਟਰੀ ਜਿਹੜਾ ਆ, ਉਹ ਦੇਖੋ। ਬਾਕੀ ਰਹੀ ਮੈਂ ਸਿਰਫ ਇਸ ਟਾਈਮ ਜੋ ਜਿਸ ਦੇ ਅੱਠ ਸਾਡੀ ਕਮਾਨ ਪੰਜਾਬ ਦੀ, ਮੈਂ ਉਹਦੇ ਤੇ ਚਾਰ ਲਾਈਨਾਂ ਕਹਿਣੀ ਆ ਕਿ ਤੂੰ ਜੇ ਵਿੱਚ ਹੋਵੇ ਖੜਾ ਅਕਲ ਸਿਖਾਉਣ ਵਾਲਾ, ਜੰਮਿਆ ਕੌਣ ਹੈ ਫਿਰ ਲੂਤੀਆਂ ਲਾਉਣ ਵਾਲਾ। ਜੀ ਕੀ ਬਾਤ ਹੈ। ਉਹ ਤੂੰ ਪਰ ਹੋਇਓ ਜੇ ਲੁਕ ਲੁਕ ਕੇ ਸਤਾਉਣ ਵਾਲਾ, ਉਹ ਤੇਰੀ ਲਾਈ ਨੂੰ ਉੱਥੇ ਕੌਣ ਭਜਾਉਣ ਵਾਲਾ। ਇਹ ਰਾਜਾ ਸਾਹਿਬ ਤੇ ਮੈਂ ਇਸ ਟਾਈਮ ਕਹਿ ਰਿਹਾ ਜੀ। ਆ ਅਜੇ ਵਕਤ ਹੈ ਉਹ ਵਿਗੜੀ ਬਣਾ ਲੈ ਆ ਕੇ, ਉਹ ਖੋਟੇ ਖਰਿਆਂ ਦੀ ਤੂੰ ਲਾਜ ਬਚਾ ਲੈ ਆ ਕੇ ਜੀ। ਪਿੱਛੇ ਆਖੇਗਾ ਪਿਆ ਕੀਤੀ ਤੁਸਾਂ ਕਾਰ ਨਹੀਂ, ਉਹ ਸਾਫ ਆਖਾਂਗੇ ਤਦੋਂ ਦੱਸੀ ਕਿਸੇ ਸਾਰ ਨਹੀਂ ਜੀ। ਤੂੰ ਹੈ ਮਬੂਦ ਖਰਾ, ਇਹ ਦੇਸ਼ ਤੋਂ ਇਨਕਾਰ ਨਹੀਂ, ਉਹ ਹੋਈਆਂ ਪਰ ਅੱਜ ਤੱਕ ਅੱਖਾਂ ਪੀ ਦੋ ਚਾਰ ਨਹੀਂ, ਸਾਹਮਣੇ ਹੋਏ ਬਿਠਾ ਕਰਕੇ ਵਿਖਾਂਦੇ ਕਿਸ ਨੂੰ, ਉਹ ਲੱਖਾਂ ਕਲਬੂਤ ਖੜੇ ਦਿਲ ਦੀ ਸੁਣਾਉਂਦੇ ਕਿਸ ਨੂੰ। ਦੇਖੋ ਮੈਂ ਇਸ ਟਾਈਮ ਕਹਿੰਦਾ ਕਿ ਟਾਈਮ ਆ, ਜੇ ਹੁਣ ਵੀ ਨਾ ਇਸ ਨੇ ਕੋਈ ਪੁਕਾਰ ਪੰਜਾਬ ਦੀ ਸੁਣੀ ਤੇ ਫਿਰ ਸੁਣਨ ਵਾਲਾ ਗਾਂ ਕੌਣ ਆ। ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ। ਬਾਕੀ ਬਾਕੀ ਜਿਹੜੀ ਤੁਸੀਂ ਕਹਿੰਦੇ ਕਿ ਨਹੀਂ ਰਿਪੋਰਟ ਸਾਡੀ ਕੋਈ ਵੀ ਲੀਕ ਹੋ, ਇਹ ਲੀਕ ਤਾਂ ਸਾਡੇ ਸ਼ੁਰੂ ਤੋਂ ਹੁੰਦੀ ਆਈ ਆ ਵੀ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਉਹ ਸਿੰਘਾਂ ਨਾਲ ਸੀ ਉਸਦੀ ਗੈਰ ਸ਼ਾਲੀ, ਉਹ ਤਾਂ ਭੱਜ ਕੇ ਲਾਟ ਨੂੰ ਜਾ ਮਿਲਿਆ, ਉਹ ਗੱਲ ਯਾਦ ਸੀ ਸਾਰੀ ਭੇਤ ਵਾਲੀ। ਉਥੋਂ ਹੋ ਗਿਆ ਹਰਨ ਹੈ ਖਾਲਸਾ ਜੀ, 14 ਹੱਥ ਦੀ ਮਾਰ ਕੇ ਮਿਰਗ ਸ਼ਾਲੀ, ਉਹ ਸ਼ਾਹ ਮਹੰਮਦਾ ਸਾਹਮਣੇ ਸ਼ਿਲੇ ਖਾਨੇ ਛੱਡ ਗਏ ਨੇ ਸਿੰਘ ਮੈਦਾਨ ਖਾਲੀ, ਜੋ ਹੋ ਰਿਹਾ ਸਭ ਕੁਝ ਸਾਡੇ ਪੰਜਾਬ ਦਾ ਉਹੋ ਹੀ ਚੱਲੀ ਆਉਂਦੀ ਰੀਤ। ਉਹ ਮੁੜ ਕੇ ਫਿਰ ਦੇਖੋ, ਫਿਰ ਚਾਂਸ ਜਦੋਂ ਦੂਜਿਆਂ ਦਾ ਲੱਗਦਾ, ਮੁੜ ਕੇ ਫਿਰ ਫਰੰਗੀਆਂ ਜ਼ੋਰ ਕੀਤਾ, ਉਹ ਲਾਟਾਂ ਦਾਰ ਗੋਲੇ ਜਦੋਂ ਆਣ ਛੁੱਟੇ, ਕੋਈ ਉੱਡੀ ਰਾਲ ਤੇ ਚਾਦਰਾਂ ਕੜਕੀਆਂ ਨੀ ਕਹਿ ਰਹੇ ਪਾਂਡਵਾਂ ਦੇ ਜੈਸੇ ਬਾਣ ਛੁੱਟੇ, ਜਦੋਂ ਡਿੱਠੇ ਨੀ ਹੱਥ ਫਰੰਗੀਆਂ ਦੇ ਉੱਥੇ ਕਈਆਂ ਦੇ ਆਣ ਪ੍ਰਾਣ ਛੁੱਟੇ, ਜੋ ਹੋ ਰਿਹਾ ਦੇਖੋ, ਉਹ ਸ਼ਾਹ ਮਹੰਮਦ ਦਾ 123 ਤੋਪਾਂ ਤੋਤੇ ਖਾਨੇ ਫਰੰਗੀਆਂ ਲੁੱਟੇ, ਤਾਂਹੀਓ ਤਾਂ ਸਾਡਾ ਪੰਜਾਬ ਲੁੱਟੀ ਜਾਂਦੇ ਸਾਰੇ ਜੀ। ਬਹੁਤ ਬਹੁਤ ਧੰਨਵਾਦ ਮੱਖਣ ਸਿੰਘ ਜੀ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ, ਬਹੁਤ ਸੋਹਣਾ ਤੁਸੀਂ ਲਿਖਦੇ ਹੋ ਸਾਡੇ ਮੁੱਦੇ ਨੂੰ ਵੇਖ ਕੇ, ਜੋ ਵੀ ਸਾਡਾ ਮੁੱਦਾ ਹੁੰਦਾ। ਰੀਅਲੀ ਥੈਂਕ ਯੂ। ਮੈਂ ਸ਼ਰਮਾ ਜੀ, ਇੱਥੇ ਆਈ ਵੁੱਡ ਲਾਈਕ ਟੂ ਨੋ, ਜਿਹੜੀ ਆਪਾਂ ਗੱਲ ਕਰ ਰਹੇ ਸੀਗੇ, ਚਲੋ ਲੈਟਸ ਵੀ ਹੈਵ ਟਾਕ ਅਬਾਊਟ ਯੂ ਨੋ ਦ ਥਿੰਗਸ ਵਿਚ ਹੈਪਨ ਨਾਓ, ਹਾਓ ਵੀ ਕੈਨ ਡੂ ਸਮਥਿੰਗ ਵੇਅਰ ਇਨ ਦਿਸ MLAs, ਜਿਹੜੇ ਸਾਡੇ MLA ਨੇ ਉਹ ਸੋਚ ਸਕਣ ਕਿ ਆਪਾਂ ਅਸੈਂਬਲੀ ਦੇ ਵਿੱਚ ਕੀ ਕਰਨਾ ਹੈ, ਔਰ ਕਿਹੜੇ ਕਿਹੜੇ ਮੁੱਦੇ ਚੱਕਣੇ ਆ, ਔਰ ਕਿਸ ਤਰੀਕੇ ਨਾਲ ਚੁੱਕਣੇ। ਦੇਖੋ ਇਹ ਪੂਰਾ ਪ੍ਰੋਸੈਸ ਹੈ ਜਿਹਨੂੰ ਰਿਫਾਈਨ ਕਰਨ ਦੀ ਲੋੜ ਹੈ ਜੀ। ਇਹੀ ਹੋਏਗਾ ਕਿ ਸਰਕਾਰਾਂ ਨੂੰ ਆਪਣੇ ਆਪ ਹੋਰ ਜਵਾਬਦੇਹੀ ਲੈਣੀ ਪਏਗੀ, ਇੱਕ ਮੋਰਲ ਜ਼ਿੰਮੇਵਾਰੀ ਸਮਝਣੀ ਪਏਗੀ ਵੀ ਅਸੀਂ ਸਰਕਾਰ 'ਚ ਆਏ ਹਾਂ, ਸਾਡੀ ਹੁਣ ਜ਼ਿੰਮੇਵਾਰੀ ਬਣਦੀ ਹੈ, ਜਵਾਬਦੇਹੀ ਬਣਦੀ ਹੈ। ਜਵਾਬਦੇਹੀ ਬਣਨੀ ਹੈ ਤਾਂ ਜਵਾਬਦੇਹੀ ਕਿੱਥੇ ਹੋਏਗੀ, ਅਸੈਂਬਲੀ ਦੇ ਵਿੱਚ ਹੋਏਗੀ। ਅਸੈਂਬਲੀ ਦਾ ਸੈਸ਼ਨ ਵੱਡਾ ਕਰੋ, ਕਿੰਨੇ ਰੋਕਿਆ ਤੁਹਾਨੂੰ,
ਯੂ ਕੈਨ ਆਲਵੇਜ਼ ਪਲਾਨ ਇਟ ਫੋਰ ਸਿਕਸ ਵੀਕਸ, ਸਿਕਸ ਡੇਜ਼, ਫੋਰ ਸੈਵਨ ਡੇਜ਼ ਔਰ ਏਟ ਡੇਜ਼, ਉਹ ਚੀਜ਼ਾਂ ਹੁੰਦੀਆਂ। ਅਗਰ ਤੁਸੀਂ ਦੋ ਦੋ ਤਿੰਨ ਦੇ ਸੈਸ਼ਨ ਰੱਖੋਗੇ, ਮੌਨਸੂਨ ਸੈਸ਼ਨ ਤੋਂ ਬਾਅਦ ਹੁਣ ਵਿੰਟਰ ਸੈਸ਼ਨ ਹੋਏਗਾ ਦੋ ਦਿਨ ਦਾ, ਤੁਸੀਂ ਕੋਈ ਮਸਲੇ ਡਿਸਕਸ ਹੀ ਨਹੀਂ ਕਰ ਸਕਦੇ। ਜਿਹੜੇ ਰਿਪ੍ਰੈਜੈਂਟੇਟਿਵ 117 ਚੁਣ ਕੇ ਆਏ ਨੇ ਉਹਨਾਂ ਨੂੰ ਮੌਕਾ ਦਿਓ ਕਿ ਆਪਣੇ ਆਪਣੇ ਇਲਾਕੇ ਦੀ ਗੱਲ ਕਰਨ ਆ ਕੇ। ਔਰ ਵਟ ਅਬਾਊਟ ਆਮ ਆਦਮੀ ਪਾਰਟੀ, ਉਹਨਾਂ ਲਈ ਤੁਸੀਂ ਤੁਹਾਡੇ ਆਮ ਆਦਮੀ ਪਾਰਟੀ ਦਾ ਦੇਖੋ ਉਹਨਾਂ ਦਾ ਆਵਾ ਹੀ ਉੱਤੇ ਹੋਇਆ ਸਾਰਾ, ਆਈ ਕੈਨ ਸੇ ਦੈਟ, ਕਿਉਂਕਿ ਉਹਨਾਂ ਦਾ ਤਾਂ ਆਲਰੇਡੀ ਲੜਾਈ ਝਗੜੇ ਖਤਮ ਹੋਣੇ ਨਹੀਂ, ਇਹ ਹੋਰ ਵਧਣਗੇ। ਮੈਂ ਤੁਹਾਨੂੰ ਦੱਸਦਾ, ਤੁਸੀਂ ਲਿਖ ਕੇ ਲਓ ਸੁਖਪਾਲ ਖਹਿਰਾ ਦਾ ਜਿਹੜਾ ਚੱਲ ਰਿਹਾ ਕ੍ਰਾਈਸਿਸ, ਇਟ ਇਜ਼ ਗੋਇੰਗ ਟੂ ਗਰੋ ਐਂਡ ਨੀਚੇ ਨਹੀਂ ਬੈਠੇਗਾ। ਦੂਜਾ ਹੈ ਕਿ ਜ਼ਿੰਮੇਵਾਰ ਵਿਪਕਸ਼ ਹੈ, ਹੁਣ ਜ਼ਿੰਮੇਵਾਰੀ ਉਹਨਾਂ ਨੇ ਸੰਭਾਲਣੀ ਸੀ ਪਰ ਉਹ ਆਪਣੀ ਲੜਾਈ ਝਗੜਿਆਂ 'ਚ ਪਏ ਨੇ। ਸੁਖਪਾਲ ਖਹਿਰਾ ਨੂੰ ਹਟਾਤਾ, ਦੂਜਾ ਲੈ ਆਉਂਦਾ, ਹੁਣ ਅੱਜ ਤਖਤੀਆਂ ਲੈ ਕੇ ਬਾਹਰ ਖੜੇ ਹੋ ਗਏ ਕਿ ਡਿਊਰੇਸ਼ਨ ਵਧਾਓ। ਉਹਨਾਂ ਨੂੰ ਤੁਸੀਂ ਆਪਣਾ ਮਸਲਾ ਤਾਂ ਸੁਲਝਾਓ ਪਹਿਲੇ, ਹਾਲੇ ਉਹਨਾਂ ਨੇ ਕਿੱਦਾਂ ਬਿਹੇਵ ਕਰਨਾ ਮੰਡੇ ਨੂੰ, ਇਹ ਦੇਖਣ ਵਾਲੀ ਗੱਲ ਹੋਏਗੀ। ਹਾਓ ਦੇ ਆਰ ਗੋਇੰਗ ਟੂ ਰਿਐਕਟ ਔਨ ਦਿਸ ਜਸਟਿਸ ਕਮਿਸ਼ਨ ਰਿਪੋਰਟ ਦੇ ਉੱਤੇ ਕੀ ਰਿਐਕਟ ਕਰਨਗੇ। ਇਹ ਇੱਕ ਜ਼ਿੰਮੇਵਾਰੀ ਜੋ ਇਹਦੀ ਬਣਦੀ ਸੀ, ਇੱਕ ਜ਼ਿੰਮੇਵਾਰ ਵਿਪਕਸ਼ ਹੋਣਾ ਚਾਹੀਦਾ, ਲੀਡਰ ਆਫ ਆਪੋਜੀਸ਼ਨ, ਯੂ ਆਰ ਦ ਬਿਗੈਸਟ ਆਪੋਜੀਸ਼ਨ ਪਾਰਟੀ ਇਨ ਪੰਜਾਬ, ਤੁਹਾਡੀ ਜ਼ਿੰਮੇਵਾਰੀ ਸੀ ਕਿ ਲੋਕਾਂ ਦੇ ਮਸਲਿਆਂ ਦੇ ਕੈਪਟਨ ਸਰਕਾਰ ਨੂੰ ਜਵਾਬ ਦੇ, ਜਵਾਬ ਮੰਗੋ ਉਹਨਾਂ ਤੋਂ। ਤੁਸੀਂ ਆਪਣੇ ਲੜਾਈ ਝਗੜਿਆਂ 'ਚ ਪਏ ਹੋਏ ਹੋ, ਤੋ ਦੇ ਐਵਰੀਬਡੀ ਸ਼ੁੱਡ ਬੀ ਰਿਫਾਈਂਡ ਕਿ ਤੁਸੀਂ ਹੁਣ ਜ਼ਿੰਮੇਵਾਰੀ ਸਮਝੇ ਤਾਂ ਹੀ ਕੰਮ ਬਣਨਾ। ਕਰੈਕਟ। ਮੈਂ ਇਸ ਸੈਗਮੈਂਟ ਦੇ ਵਿੱਚ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ, ਉਹਨਾਂ ਸਾਰੇ ਦਰਸ਼ਕਾਂ ਨੂੰ ਜੋ ਕਿ ਸਾਨੂੰ ਰੋਜ਼ਾਨਾ ਕਾਲ ਕਰਦੇ ਹਨ, ਮੈਂ ਚਾਹਾਂਗਾ ਕਿ ਤੁਸੀਂ ਇਸ ਈਮੇਲ ਦੇ ਉੱਤੇ ਆਪਣੀ ਇੱਕ ਫੋਟੋ ਅਤੇ ਆਪਣਾ ਨੰਬਰ ਅਤੇ ਆਪਣਾ ਨਾਂ ਲਿਖ ਕੇ ਭੇਜੋ ਜੋ ਸਾਨੂੰ ਰੋਜ਼ਾਨਾ ਕਾਲ ਕਰਦੇ ਹਨ। ਅਸੀਂ ਉਹਨਾਂ ਨੂੰ ਕਾਲ ਕਰਕੇ ਫੋ ਉਹਨਾਂ ਦੀ ਬਕਾਇਦਾ ਤੌਰ 'ਤੇ ਫੋਟੋ ਲਾ ਕੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਅਗਲੇ ਮੁੱਦਿਆਂ ਦੇ ਵਿੱਚ। ਤੁਸੀਂ ਨੋਟ ਕਰ ਲਓ ਮੇਰੀ ਈਮੇਲ ਆਈ ਡੀ harkeerat@justbroadcasting.com, info@justbroadcasting.com ਦੇ ਉੱਤੇ ਤੁਸੀਂ ਆਪਣੀ ਇੱਕ ਫੋਟੋ, ਆਪਣਾ ਨਾਂ ਅਤੇ ਆਪਣਾ ਨੰਬਰ ਭੇਜੋ ਤਾਂ ਕਿ ਅਸੀਂ ਅਗਲੀ ਵਾਰ ਜਦ ਮੁੱਦੇ ਦੇ ਵਿੱਚ ਆਈਏ ਤਾਂ ਤੁਹਾਡੀ ਫੋਟੋ ਲਾ ਕੇ ਤੁਹਾਡੇ ਪ੍ਰਤੀਕਰਮ, ਤੁਹਾਡੇ ਤਰਕ, ਤੁਹਾਡੇ ਸੁਜੈਸ਼ਨਸ, ਤੁਹਾਡੇ ਫੀਡਬੈਕ ਵੱਖ ਵੱਖ ਮੁੱਦਿਆਂ ਦੇ ਉੱਤੇ ਲੈਂਦੇ ਰਹੀਏ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਨਵੀਨ ਸ਼ਰਮਾ ਜੀ ਉਹਨਾਂ ਦੇ ਨਾਲ ਬਹੁਤ ਬਹੁਤ ਧੰਨਵਾਦ। ਔਰ ਤੁਹਾਡਾ ਜਿਹੜਾ ਵੀਕਐਂਡ ਹੈ, ਦੋ ਦਿਨ ਬਹੁਤ ਵਧੀਆ ਹੋਏ, ਔਰ ਖੁਸ਼ ਰਹੋ, ਆਬਾਦ ਰਹੋ, ਜਿੰਦਾਬਾਦ ਰਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।